ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਸੌਂਡ ਆ ਤੇ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇਖਣ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ ਦੇ ਵਿੱਚ ਸਿਚੁਏਸ਼ਨ ਕੀ ਆ ਜੀ ਤੇ ਫਿਰ ਉਸ ਤੋਂ ਬਾਅਦ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਬਰਾਂ ਰਹੀਆਂ ਨੇ ਫਿਰ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਜੀ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ 'ਚ ਕੇਸ ਕਿੰਨੇ ਆ ਅੱਜ ਇਟਲੀ ਦੇ ਵਿੱਚ 2199 ਨਵੇਂ ਕੇਸ 77 77 ਬੰਦਿਆਂ ਦੀ ਹੋਈ ਮੌਤ 8000 912 ਬੰਦਾ ਠੀਕ 174935 ਅਜ ਵੀ ਇਟਲੀ ਦੇ ਵਿੱਚ ਪੋਜ਼ਿਟਿਵ ਮਰੀਜ਼ ਹੈ ਜੀ 662 ਬੰਦੇ ਤੇਰਾਫੀ ਇੰਟੈਂਸਿਵਾ ਦੇ ਵਿੱਚ ਨੇ 4382 ਬੰਦਾ ਜਿਹੜਾ ਕੋਵਿਡ ਦੇ ਸਿੰਪਟਮ ਦੇ ਨਾਲ ਹਸਪਤਾਲਾਂ ਦੇ ਵਿੱਚ ਤੇ 168892 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਤੇ ਜੇ ਅਸੀਂ ਗੱਲ ਵੈਕਸੀਨ ਦੀ ਕਰੀਏ ਦੁਨੀਆ ਦੇ ਵਿੱਚ ਵੈਕਸੀਨ ਦੇ ਤੌਰ ਤੇ ਦੇਖੀਏ ਇੰਡੀਆ ਅਜ ਵੀ 3 ਤੀਸਰੇ ਨੰਬਰ ਤੇ ਹੈ ਤੇ ਇਟਲੀ ਦੁਨੀਆ ਦੇ ਵਿੱਚ ਨੋਮੀ ਨੰਬਰ ਤੇ ਜਨੇ 3 ਕਰੋੜ 94 ਲੱਖ 95769 ਨੂੰ ਬੈਲਾ ਤੇ 1 ਕਰੋੜ 33 ਲੱਖ 94000 797 ਨੂੰ ਦੂਸਰਾ ਵੈਕਸੀਨ ਦਾ ਡੋਸ ਲਾ ਦਿੱਤਾ ਜੀ ਜੇ ਅਸੀਂ ਦੇਖੀਏ ਸਭ ਤੋਂ ਵੱਧ ਕਿਹੜੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਕੇਸ ਆਏ ਉਹ ਆ ਜੀ ਲੋਮਬਰ ਜੀ ਲੋਮਬਰ ਦੀ ਜਿਸ ਦੇ ਵਿੱਚ 322 ਅਚੀਲਿਆ ਦੇ ਵਿੱਚ 320 ਕੰਪਨੀਆਂ ਦੇ ਵਿੱਚ 257 ਪੂਲੀਆਂ ਦੇ ਵਿੱਚ 185 ਅਤੇ ਲਾਤਸੀ ਦੇ ਵਿੱਚ 179 ਨਵਾਂ ਕੇਸ ਆਇਆ ਜੀ ਜੇ ਗੱਲ ਕਰੀ ਅੱਜ ਦਾਸੋ ਦੀ ਪੋਜ਼ਿਟਿਵਿਟੀ ਦਾ ਦੀ ਤਾਂ ਉਹ ਅੱਜ 1% ਸੀ 100 ਵਿੱਚੇ 1000 ਵਿੱਚੇ 10 ਟੈਸਟ ਆ ਜਿਹੜੇ 218738 ਟੈਸਟ ਜਿਹੜਾ ਇਟਲੀ ਦੇ ਵਿੱਚ ਕੀਤਾ ਗਿਆ ਸੀ ਹੁਣ ਵੱਧਦੇ ਆਂ ਜੀ ਅੱਜ ਦੀਆਂ ਖਾਸ ਖਬਰਾਂ ਵੱਲੋਂ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਉਹ ਹੈ ਵੈਕਸੀਨ ਦੇ ਉੱਤੇ ਵੈਕਸੀਨ ਦੇ ਉੱਤੇ ਖਬਰ ਕਿਹੜੀ ਆ ਰਹੀ ਹੈ ਜੁਆ ਰਹੀ ਹੈ ਕਿ ਇਟਲੀ ਦੇ ਜਿਹੜੇ ਸਿਹਤ ਮੰਤਰੀ ਰੋਵੈਰਤੋ ਸਪੇਰਾਂਸਾ ਜੀ ਨੇ ਜਿਹੜੇ ਓਪਨ ਡੇ ਹੁੰਦੇ ਆ ਉਹਨਾਂ ਦੇ ਵਿੱਚ ਜੌਨਸਨ ਐਂਡ ਜੌਨਸਨ ਤੇ ਜਿਹੜੀ ਆਸਟਰਾ ਜ਼ੇਨ ਦਾ ਵੈਕਸੀਨ ਹੈ ਇਹਨਾਂ ਦੇ ਉੱਤੇ ਰੋਕਣ ਦੀ ਮੰਗ ਕੀਤੀ ਤੇ ਲਿਖਿਆ ਇਹਨਾਂ ਨੂੰ ਸਾਰੀਆਂ ਸਟੇਟਾਂ ਨੂੰ ਕਿ ਤੁਸੀਂ ਫਿਲਹਾਲ ਦੇ ਲਈ ਜਿਹੜੀ ਹੈ ਜੌਨਸਨ ਐਂਡ ਜੌਨਸਨ ਐਂਡ ਆਸਟਰਾ ਜ਼ੇਨ ਕਾਇਆ ਇਹਨੂੰ ਰੋਕ ਦਿਓ ਜਿਹੜੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਕਹਿੰਦੇ ਜੀ ਤੁਸੀਂ ਇਹਨੂੰ ਰੋਕ ਕੇ ਸੰਭ ਕੇ ਰੱਖੋ ਤੇ ਉਧਰ ਹੀ ਇਟਲੀ ਦੇ ਵਿੱਚ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਰਾਤ ਦਾ ਕਾਰਫਿਊ ਹੁੰਦਾ ਟਾਈਮ ਰਾਤ ਦੇ 12 ਵਜੇ ਹੋ ਗਿਆ ਤੇ ਇਟਲੀ ਤੋਂ ਬਾਅਦ ਫਰਾਂਸ ਦੇ ਵਿੱਚ ਵੀ ਜੋ ਰਾਤ ਦਾ ਕਰਫਿਊ ਦਾ ਟਾਈਮ ਆ ਉਹ ਵੀ ਉਹ ਹੁਣ ਰਾਤ ਦੇ ਅੱਜ ਰਾਤ ਤੋਂ ਨਾਤ 11 ਵਜੇ ਤੱਕ ਹੋ ਜਾਣਾ ਕਹਿੰਦਾ ਮਤਲਬ ਫਰਾਂਸ ਦੇ ਵਿੱਚ ਜਿਹੜਾ ਕਰਫਿਊ ਰਾਤ ਦੇ 11 ਵਜੇ ਤੋਂ ਸਟਾਰਟ ਹੋਇਆ ਕਰਨਾ ਜੀ ਤੇ ਚਾਈਨਾ ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨੂੰ ਵੀ ਜ਼ਿਆਦਾ ਜ਼ਰੂਰ ਕਰਨਾ ਚਾਹੀਦਾ ਚਾਈਨਾ ਦੇ ਵਿੱਚ 8-9 ਕੇਸ ਆਏ ਦੱਸਿਆ ਜਾ ਰਿਹਾ ਕਿ ਚਾਈਨਾ ਦੇ ਵਿੱਚੋਂ ਨਹੀਂ ਆ ਇਹ ਜੋ ਕੇਸ ਆ ਸਾਰੇ ਦੇ ਸਾਰੇ ਬਾਹਰੋਂ ਆਏ ਨੇ ਤੁਹੋਸਤੋਂ ਬਾਅਦ ਇਟਲੀ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਦਾ ਕੰਮ ਇੰਨਾ ਵਧੀਆ ਚੱਲ ਰਿਹਾ ਤੇ ਦੇਖਿਆ ਜਾ ਰਿਹਾ ਕਿ ਬਹੁਤ ਹੀ ਬਹੁਤ ਹੀ ਛੇਤੀ ਸਭ ਕੁਝ ਜਿਹੜਾ ਖਤਮ ਹੋ ਜਾਣਾ ਜਿਹੜੇ ਮਾਸਕ ਬਾਹਰ ਪਬਲਿਕ ਦੇ ਵਿੱਚ ਜਿਹੜੇ ਉਹ ਪਾਉਣ ਦੀ ਇਜਾਜ਼ਤ ਉਹ ਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਹੈ ਜਿਹੜੇ ਬੰਦ ਦੁਕਾਨਾਂ ਨੇ ਦੁਕਾਨਾਂ ਦੇ ਅੰਦਰ ਉਹਨਾਂ ਦੇ ਵਿੱਚ ਜਿਹੜਾ ਸ਼ਾਇਦ ਦੱਸਿਆ ਜਾ ਰਿਹਾ ਕਿ ਜਿਹੜੇ ਮਾਸਕ ਹਜੇ ਫਿਲਹਾਲ ਕਾਫੀ ਟਾਈਮ ਤੱਕ ਪਾਣੇ ਪਹਿਣੇ ਆ ਜੀ ਬਾਅਦਿਆਂ ਜੀ ਅਗਲੇ ਅਪਡੇਟ ਵੱਲ ਅਗਲਾ ਅਪਡੇਟ ਜੋ ਆ ਰਿਹਾ ਜੀ ਉਵੀ ਵੈਕਸਿਨ ਤੋਂ ਹੀ ਹੈ ਜੀ ਵੈਕਸਿਨ ਲੱਗਣ ਦੇ ਕਾਰਨ ਜਿਹੜੀ 18 ਸਾਲ ਦੀ ਕੁੜੀ ਸੀ ਜੋ ਵੈਕਸਿਨ ਦੇ ਦੇ ਵਿੱਚ ਜਿਹਨੇ ਵੈਕਸਿਨ ਲਵਾਈ ਸੀ ਉਹਦੀ ਜਿਹੜੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਵੀ ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਹੀ ਹੈ ਤੇ ਫਿਲਹਾਲ ਦਿੱਲੀ ਗੈਰ ਦੱਸਿਆ ਜਾ ਰਿਹਾ ਕਿ ਉਹਦੀ ਸਿਚੁਏਸ਼ਨ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਉਦਰੇ ਜਿੱਥੇ ਇੱਕ ਪਾਸੇ ਇਟਲੀ ਦੇ ਵਿੱਚ ਵੈਕਸਿਨ ਦਾ ਕੰਮ ਯੋਰਾ ਸ਼ੋਰਾ ਦੇ ਚੱਲਿਆ ਜੀ ਜਿਨ੍ਹਾਂ ਬੰਦਿਆਂ ਕੋ ਇਟਾਲੀਨ ਪਾਸਪੋਰਟਾ ਜਾ ਫੇ ਬੰਦੇ ਗੈਰ ਮੂਲਕੀ ਨੇ ਸਤਨਜੀਰੀ ਨੇ ਚਾਹੀ ਇੰਡੀਅਨਾਂ ਜਾਂ ਕੋਈ ਵੀ ਉਹਨਾਂ ਦੀ ਨੈਸ਼ਨੈਟੀ ਹੋਵੇ ਤੇ ਇਟਲੀ ਦੇ ਵਿੱਚ ਜਿਨ੍ਹਾਂ ਨੇ 2020 ਦੇ ਵਿੱਚ ਪੇਪਰ ਖੋਲੇ ਦੀ ਖੋਲੇ ਸੀਗੇ ਸਾਨਾ ਤੋਰੀਆ ਇਟਲੀ ਇਮੀਗ੍ਰੇਸ਼ਨ 2020 ਦਾ ਜਿਹੜਾ ਕੱਚੇ ਬੰਦੇ ਨੂੰ ਪੱਕੇ ਕਰਨ ਵਾਲਾ ਉਹ ਜਿਹੜੇ ਅ ਐਗਰੀਕਲਚਰ ਮੰਤਰੀ ਹੈ ਜਿਨ੍ਹਾਂ ਦਾ ਨਾਮ ਆਪਣਾ ਬੈਲਾ ਨੋਵਾਜੀਆ ਤੇਰੇਜ਼ਾਵੇਲਾ ਨੋਵਾਜੀ ਇਹਨਾਂ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਇਹ ਮੰਗ ਕਿਹੜੀ ਕੀਤੀ ਹੈ ਜੀ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਇਟਲੀ ਦੇ ਵਿੱਚ ਕੱਚੇ ਬੰਦੇ ਨੇ ਇਹਨਾਂ ਦੇ ਵੀ ਵੈਕਸੀਨ ਲੱਗਣੀ ਚਾਹੀਦੀ ਹੈ ਪਰ ਇਹ ਹੁਣ ਮੰਗ ਪਾਰਲਮੈਂਟ ਦੇ ਵਿੱਚ ਕੀਤੀ ਗਈ ਹੈ ਪਰ ਕੁਝ ਕੂਫੀਆ ਸੂਤਰਾਂ ਤੋਂ ਸਾਨੂੰ ਇਹ ਖਬਰ ਜਰੂਰ ਮਿਲੀ ਹੈ ਕਿ ਅੰਦਰ ਗਤੀ ਗੋਪਤ ਤਰੀਕੇ ਦੇ ਨਾਲ ਜਿਹੜੇ ਵੀ ਕੱਚੇ ਬੰਦੇ ਨੇ ਇਹਨਾਂ ਦੇ ਜਿਹੜੀ ਵੈਕਸੀਨ ਇਹਨਾਂ ਦੇ ਵੀ ਵੈਕਸੀਨ ਲੱਗੋਗੀ ਤੇ ਕਿੱਦਾਂ ਲਗਣੀ ਆ ਕਦੋਂ ਲਗਣੀ ਆ ਹਰ ਏਰੀਆ ਦੇ ਵਿੱਚ ਤੁਹਾਨੂੰ ਜਿਹੜਾ ਇਸ ਜਿਹੜੀ ਸੂਚਨਾ ਦਿੱਤੀ ਜਾਊਗੀ ਜੀ ਤਾਂ ਜੋ ਜਿਹੜਾ ਵੀ ਬੰਦਾ ਕੱਚਾ ਬਹੁਤ ਹੀ ਗੋਪਤ ਤਰੀਕੇ ਦੇ ਨਾਲ ਆਪਣਾ ਇਟਲੀ ਦੇ ਵਿੱਚ ਜਿਹੜਾ ਵੈਕਸੀਨ ਦਾ ਕੰਮ ਕਰਵਾ ਸਕਦਾ ਹੈ ਜੀ ਅਪਡੇਟ ਦੇਖਦੇ ਹਾਂ ਜੀ ਇੰਗਲੈਂਡ ਦਾ ਇੰਗਲੈਂਡ ਤੋਂ ਇੱਕ ਨਵਾਂ ਅਪਡੇਟ ਆ ਰਿਹਾ ਜੀ ਇੰਗਲੈਂਡ ਦੇ ਵਿੱਚ ਕਾਫੀ ਟਾਈਮ ਬਾਅਦ 4 ਮਹੀਨਿਆਂ ਦੇ ਬਾਅਦ ਜੇਸੀ ਗੱਲ ਕਰੀ 4 ਮਹੀਨੇ ਦੇ ਬਾਅਦ ਇੱਕ ਵਾਰ ਫਿਰ ਕੇਸਾਂ ਦੀ ਗਿਣਤੀ ਨੇ ਹੁਲਾਰਾ ਮਾਰਿਆ ਜੀ ਛਾਲ ਮਾਰੀ ਹੈ ਲਾਸਟਲੀ 24 ਘੰਟਿਆਂ ਦੇ ਵਿੱਚ 7540 ਨਵੇਂ ਕੇਸ ਰਜਿਸਟਰ ਹੋਇਆ ਤੇ ਕੱਲ ਤੱਕਰੀਬਨ ਦੱਸਿਆ ਜਾ ਰਿਹਾ ਹੈ ਕਿ 6000 6000 ਕੇਸ ਕਿਹਾ ਇਹਦਾ ਮਤਲਬ 7500 7500 ਦੀ ਜੋ ਗਿਣਤੀ ਆ ਇੰਗਲੈਂਡ ਦੇ ਵਿੱਚ ਇਹ 4 ਮਹੀਨਿਆਂ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਤੇ ਇਸ ਤੋਂ ਕੀ ਲੱਗਦਾ ਕਿ ਇੰਗਲੈਂਡ ਜਿੱਥੇ ਤੱਕ ਕਹਿ ਰਿਹਾ ਸੀਗਾ ਇਹਨੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਤਾਂ ਇਸ ਨੂੰ ਕਹਿਣਾ ਮੁਸ਼ਕਲ ਹੈ ਕਿ ਇਹਨੇ ਕਾਬੂ ਪਾ ਲਿਆ ਤੇ ਉੱਥੇ ਇੱਕ ਹੋਰ ਲਹਿਰ ਵੀ ਆ ਸਕਦੀ ਹੈ ਜਿਸ ਸਰਸਾਬ ਦੇ ਨਾਲ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਅਗਲੇ ਵਾਦਿਆਂ ਜੀ ਅਗਲੇ ਅਪਡੇਟ ਵੱਲ ਅਗਲਾ ਜੋ ਆਪਣਾ ਅਪਡੇਟ ਹੈ ਜੀ ਉਹ ਆ ਰਿਹਾ ਹੈ ਇਹਤ ਵਿਭਾਗ ਤੋਂ ਜੀ ਜਿਨ੍ਹਾਂ ਨੇ ਇੱਕ ਹੋਰ ਪ੍ਰੋਡਕਟ ਇਟਲੀ ਦੇ ਵਿੱਚ ਜੋ ਵਿਕਣ ਵਾਲਾ ਉਸ ਨੂੰ ਬੰਦ ਕਰ ਦਿੱਤਾ ਜੀ ਇਹ ਪ੍ਰੋਡਕਟ ਕਿਹੜਾ ਜੀ ਦੱਸਿਆ ਜਾ ਰਿਹਾ ਗਲਾਤੇ ਦੀ ਫਾਰੋ ਗਲਾਤੇ ਦੀ ਫਾਰੋ ਦੇ ਵਿੱਚ ਦੱਸਿਆ ਗਿਆ ਕਿ ਗਲੂٹین ਇਹਨਾਂ ਨੂੰ ਮਿਲਿਆ ਗਲੂਤੀ ਨੇ ਆ ਜਿਹੜਾ ਮਿਲਿਆ ਇਹਨਾਂ ਨੂੰ ਤੇ ਇਹ ਜੋ ਗਲੂਤੀ ਨੇ ਮਿਲਿਆ ਇਹਨਾਂ ਨੇ ਦੱਸਿਆ ਨਹੀਂ ਸੀਗਾ ਕਿ ਇਸ ਪ੍ਰੋਡਕਟਰ ਦੇ ਵਿੱਚ ਹੈ ਤੇ ਇਸ ਕਾਰਨ ਇਹਨੂੰ ਹੁਣ ਸਰਕਾਰ ਨੇ ਗਲੂਟਨਰਨ ਸ਼ਹਿਰ ਪੰਜਾਬੀ ਦੇ ਵਿੱਚ ਕਹਿੰਦੇ ਜੀ ਇਹਨਾਂ ਨੂੰ ਸਰਕਾਰ ਨੇ ਵਾਪਸ ਲੈ ਲਿਆ ਤੇ ਜੇਕਰ ਤੁਸੀਂ ਇਸ ਨੂੰ ਖਰੀਦਿਆ ਦੀ ਐਕਸਪਾਇਰ ਡੇਟਾ 31 10 2021 120 ਗ੍ਰਾਮ ਦੇ ਵਿੱਚ ਆਂਦਾ ਜੀ ਤੇ ਇਹਨੂੰ ਵਾਪਸ ਕਰ ਦਿਓ ਜੀ ਹੁੰਦੇ ਕੀ ਹੈ ਜਦਾਂ ਪੋਸਟਿਕ ਤੱਤੇ ਨੇ ਇਹ ਜਿਹੜੇ ਸੀਗੇ ਅਗਲੇ ਅਪਡੇਟ ਵੱਲ ਚੱਲਦੇ ਜੀ ਅਗਲਾ ਜੋ ਅਪਡੇਟ ਆ ਉਹ ਹੈ ਜੀ ਆਪਣਾ ਇੱਕ ਸਵਾਲ ਜੋ ਪੁੱਛਿਆ ਜਾ ਰਿਹਾ ਕਿ ਇੰਡੀਆ ਤੋਂ ਆਣ ਵੇਲੇ ਸਾਨੂੰ ਵੈਕਸੀਨ ਲਵਾਉਣ ਦੀ ਲੋੜ ਹੈ ਇਸ ਸਵਾਲ ਦਾ ਜਵਾਬ ਦੇਖਣ ਦੇ ਲਈ ਸੀ ਆਪਣੇ ਇੰਡੀਆ ਦੇ ਵਿੱਚ ਜਿਹੜੀ ਇਟਾਲੀਨ ਐਮਬੈਸੀ ਆ ਅੰਬਾਸ਼ਾਦਤਾ ਦੀ ਇਟਾਲੀਆ ਨੂਵਾ ਦਿੱਲੀ ਨੂੰ ਦੇ ਆਫੀਸ਼ਲ ਵੈਬਸਾਈਟ ਦੇ ਗਏ ਤੁਸੀਂ ਇਹਨਾਂ ਦੀ ਇਦਾਂ ਦੀ ਜੋ ਸੈਂਸਿਟਿਵ ਨੋਲਜ ਹੁੰਦੀ ਆ ਨਾ ਇਨਫੋਰਮੇਸ਼ਨ ਹੁੰਦੀ ਆ ਆਫੀਸ਼ਲ ਜਿਹੜੇ ਰਿਕਾਰਡ ਹੁੰਦੇ ਉਹਨਾਂ ਦੇ ਵਿੱਚੋਂ ਹੀ ਦੇਖ ਸਕਦੇ ਆ ਜਿ세 ਉਤੇ ਸਾਫ ਸਾਫ ਅੱਖਰਾਂ ਦੇ ਵਿੱਚ ਲਿਖਿਆ ਜੀ 25 ਅਪ੍ਰੈਲ 2021 ਨੂੰ ਲਾਗੂ ਕੀਤੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਕਿ 25 ਅਪ੍ਰੈਲ ਤੋਂ ਲੈ ਕੇ ਜਿਨ੍ਹਾਂ ਨੇ ਵੀ ਬੰਦਿਆਂ ਨੇ ਜਿਹੜੇ ਬੰਦੇ ਇੰਡੀਆ ਚ ਰਹਿ ਰਹੇ ਨੇ ਜਾਂ ਲਾਸਟਲੇ 14 ਦਿਨਾਂ ਦੇ ਵਿੱਚ ਇੰਡੀਆ ਦੇ ਜਿਹੜੇ ਜਿਹੜੀਆਂ ਕੰਟਰੀਆਂ ਦੇ ਨਾਮ ਲਿਖਿਆ ਸੀ ਉਹਨਾਂ ਰੱਖਿਆ ਰੈ ਰੈਸੀਪੀ ਉਹਨਾਂ ਨੂੰ ਐਨੇ ਟਾਈਮ ਤੱਕ ਜਿਹੜਾ ਉਹਨਾਂ ਦਾ ਟਰੈਵਲ ਬੈਨ ਕਰਤਾ ਹੀ ਐਂਟਰੀ ਬੰਦ ਕਰ ਦਿੱਤੀ ਪਰ ਉਸ ਤੋਂ ਬਾਅਦ ਜੇ ਤੁਸੀਂ ਇੱਕ ਹੋਰ ਮੇਨ ਨੋਟ ਕਰੋ ਗੱਲ ਉਹਦੇ ਵਿੱਚ ਇਹ ਵੀ ਲਿਖੀ ਗਈ ਆ ਲਿਖਿਆ ਆ ਕਿ ਇਟਲੀ ਦੇ ਵਿੱਚ ਜਿਹੜੇ ਬੰਦੇ ਲਾਸਟਲੇ 24 ਘੰਟਿਆਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਰਹੇ ਸੀ ਜਿਨ੍ਹਾਂ ਨੂੰ ਐਂਟਰੀ ਬੈਨ ਕੀਤੀ ਹੈ ਜਾਂ ਫਿਰ ਇੰਡੀਆ ਦੀ ਗੱਲ ਕਰਦੇ ਹਾਂ ਜੇ ਕੋਈ ਇੰਡੀਆ ਤੋਂ ਬੰਦਾ ਕੋਈ ਆ ਰਿਹਾ ਉਹਨਾਂ ਨੂੰ ਜਿਹੜਾ ਕੋਵਿਡ ਦਾ ਟੈਸਟ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਕੋਵਿਡ ਦਾ ਟੈਸਟ ਮੋਲੀਕੂਲਰ ਮੋਲੀਕੂਲਰ ਐਂਟੀਜੈਨੀ ਕੋ ਟੈਸਟ ਹੋਣਾ ਦਾ ਹੋਇਆ ਹੋਣਾ ਚਾਹੀਦਾ ਪਹਿਲਾਂ 72 ਘੰਟੇ ਪਹਿਲਾਂ ਫਿਰ 48 ਘੰਟੇ ਪਹਿਲਾਂ ਇਹ ਦੱਸਿਆ ਜਾ ਰਿਹਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਟੈਸਟ ਕਿਹੜਾ ਜੀ ਜਿਹਨੂੰ ਆਰਟੀਪੀਸੀਆਰ ਟੈਸਟ ਵੀ ਕਿਹਾ ਜਾਂਦਾ ਜੀ ਰeal time ਦੇ ਵਿੱਚ ਤੇ ਇਹ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਟੈਸਟ ਕਰੋ 네ਗੇਟਿਵ ਹੁੰਦਾ ਤੁਹਾਨੂੰ ਇਟਲੀ ਦੇ ਵਿੱਚ ਲਿਆਇਆ ਜਾਂਦਾ ਜੀ ਇਟਲੀ ਦੇ ਵਿੱਚ ਤੁਸੀਂ ਆਂਦੇ ਆ ਇਟਲੀ ਦੇ ਵਿੱਚ ਇੱਕ ਤੁਹਾਡਾ ਹੋਰ ਟੈਸਟ ਹੁੰਦਾ ਉਸ ਤੋਂ ਬਾਅਦ 10 ਦਿਨ ਦੇ ਲਈ ਤੁਸੀਂ ਕੁਆਰੰਟਾਈਨ ਰਹਿਨੇ ਹੈ ਕੁਆਰੰਟਾਈਨ ਹੋਣ ਤੋਂ ਬਾਅਦ ਜਿਹੜੇ ਕੋਵਿਡ ਹੋਟਲ ਨੇ ਉਨ੍ਹਾਂ ਦੇ ਵਿੱਚ ਤੁਹਾਨੂੰ ਰੱਖਿਆ ਜਾਂਦਾ ਉਸ ਤੋਂ ਬਾਅਦ ਫਿਰ ਤੁਹਾਡਾ ਟੈਸਟ ਕੀਤਾ ਜਾਂਦਾ ਉਸ ਵਿਲੇਜ ਜੇਕਰ ਤੁਹਾਡਾ ਟੈਸਟ ਨੈਗੇਟਿਵ ਹੋ ਜਾਂਦਾ ਤਾਂ ਫਿਰ ਤੁਹਾਨੂੰ ਆਪਣੇ ਘਰ ਨੂੰ ਜਾਣ ਦਿੱਤਾ ਜਾਂਦਾ ਜੀ ਆਰਟੀਪੀਸੀਆਰ ਟੈਸਟ ਦਾ ਨਾਮ ਤੇ ਇਸ ਕਰਕੇ ਇਹ ਕਿਸੇ ਵੀ ਪਾਸੇ ਇਹ ਨਹੀਂ ਲਿਖਿਆ ਆਫੀਸ਼ੀਅਲ ਰਿਕਾਰਡਾਂ ਦੇ ਵਿੱਚ ਕਿ ਇੰਡੀਆ ਤੋਂ ਆਣ ਲਈ ਤੁਹਾਨੂੰ ਵੈਕਸੀਨ ਲਵਾਉਣ ਦੀ ਲੋੜ ਆ ਜੇ ਤੁਸੀਂ ਇਸ ਵੈਕਸੀਨ ਨੂੰ ਲਓ ਹਾਂਜੀ ਜੇਕਰ ਤੁਸੀਂ ਕੋਈ ਵੈਕਸੀਨ ਲਵਾਈ ਹੋ ਜਿਸ ਜਿਹੜੀ ਵੈਕਸੀਨ ਇਟਲੀ ਜਾਂ ਯੂਰਪ ਦੇ ਵਿੱਚ ਵੀ ਲੱਗਦੀ ਆ ਉਹਦਾ ਜਿਹੜਾ ਦੂਸਰਾ ਡੋਜ਼ ਆ ਫਿਰ ਸ਼ਾਇਦ ਤੁਹਾਡੇ ਇਟਲੀ ਦੇ ਵਿੱਚ ਲੱਗ ਸਕਦਾ ਹੈ ਇਸ ਕਰਕੇ ਇਸ ਟਾਈਮ ਕਿਸੇ ਵੀ ਪਾਸੇ ਨਹੀਂ ਲਿਖਿਆ ਕਿ ਵੈਕਸੀਨ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਉਹਨਾਂ ਨੂੰ ਵੀ ਇਟਲੀ ਦੇ ਵਿੱਚ ਆਣ ਦੇਣਾ ਇੱਥੇ ਤੱਕ ਯੂਰਪ ਦਾ ਵੀ ਇਹੀ ਕਾਨੂੰਨ ਹੈ ਜੇ ਤੁਸੀਂ ਇੱਕ ਯੂਰਪ ਦੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਸਫ਼ਰ ਕਰਨਾ ਉਹਦੇ ਲਈ ਕੁਝੇ ਸ਼ਰਤਾਂ ਰੱਖੀਆਂ ਜਾਂ ਤਾਂ ਤੁਸੀਂ ਯੂਰਪ ਦੀ ਸਰਕਾਰ ਯੂਰਪ ਕਹਿ ਰਿਹਾ ਕਿ ਜਾਂ ਤੁਸੀਂ ਆਪਣਾ ਵੈਕਸੀਨ ਲਵਾਓ ਜਾਂ ਤੁਸੀਂ ਵੈਕਸੀਨ ਨਹੀਂ ਲਵਾਈ ਤਾਂ ਫਿਰ ਤੁਸੀਂ ਕੀ ਕਰੋ ਫਿਰ ਤੁਸੀਂ ਆਪਣੇ ਜਿਹੜੇ ਟੈਸਟ ਕਰੋ ਜਿਹੜਾ ਕੋਵਿਡ ਦਾ ਟੈਸਟ ਜਿੰਨੀ ਵਾਰ ਵੀ ਆਣਾ ਜਾਣਾ ਕੋਵਿਡ ਦਾ ਟੈਸਟ ਕਰੋ ਇਸ ਕਰਕੇ ਇਸ ਗੱਲ ਨੂੰ ਭੁੱਲ ਜਿਓ ਜੀ ਕਿ ਇੰਡੀਆ ਤੋਂ ਆਣ ਦੇ ਲਈ ਆਣ ਦੇ ਲਈ ਤੁਹਾਨੂੰ ਜਿਹੜੀ ਵੈਕਸੀਨ ਲਵਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨਹੀਂ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਟੈਸਟ ਜਿਹੜਾ ਤੁਹਾਡਾ ਕਰਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੇਨ ਜਿਹੜਾ ਪੁਆਇੰਟ ਮੇਨ ਮੁੱਦਾ ਸੀ ਇਹਨੂੰ ਕਹਿ ਸਕਦੇ ਆ ਇਹੀ ਹੈ ਜੀ ਤੇ ਹੁਣ ਗੱਲ ਕਰਦੇ ਆ ਜੀ ਜਿਹੜੀ ਅਸਈਓ ਆਪਣਾ ਅਸਈਓ ਹੁਨੀ ਕੋ ਜੋ ਕਿ ਜੁਲਾਈ ਤੋਂ ਸ਼ੁਰੂ ਹੋਣੀ ਆ ਪਰ ਜੋ ਅਸਲੀ ਆ ਇਹ ਜਿਹੜੀ ਹੈ 1 ਜੁਲਾਈ 2021 ਤੋਂ ਲੈ ਕੇ 31 ਦਸੰਬਰ 2021 ਤੱਕ ਲਾਗੂ ਰਹਿਣੀ ਆ ਪਰ ਅਸਲੀ ਜੋ ਅਸਈਓ ਹੁਨੀ ਕੋ 2022 ਜਨਵਰੀ ਤੋਂ ਹੀ ਸਟਾਰਟ ਹੋਣੀ ਆ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਰਿਕੁਆਇਰਮੈਂਟ ਆ ਕਿਉਂਕਿ ਪਿਛਲੀ ਵਾਰ ਅਸੀਂ ਦੱਸਿਆ ਪਰ ਰਿਕੁਆਇਰਮੈਂਟ ਨਹੀਂ ਸੀ ਦੱਸੀਆਂ ਤੁਹਾਡੇ ਜੇ ਤੁਹਾਡੇ ਬੱਚਿਆਂ ਦੀ ਉਮਰ ਇੱਕ ਬੱਚਾ ਜੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਆ ਤੁਹਾਨੂੰ ਤੁਹਾਨੂੰ ਪੈਸੇ ਮਿਲਣੇ ਆ ਈਜ਼ ਦੇ ਹਿਸਾਬ ਨਾਲ ਤੁਹਾਨੂੰ ਜਿਹੜੇ ਪੈਸੇ ਮਿਲਣੇ ਉਸ ਤੋਂ ਬਾਅਦ ਜਦੋਂ ਬੱਚਾ ਇੱਕ ਤੋਂ ਵੱਧ ਹੁੰਦਾ ਫਿਰ ਤੁਹਾਨੂੰ 30% ਜ਼ਿਆਦਾ ਪੈਸੇ ਮਿਲਣੇ ਆ ਮੰਨ ਲਓ 100 ਰੁਪਏ ਇੱਕ ਬੱਚੇ ਦੇ ਲਈ ਮਿਲ ਰਿਹਾ ਦੂਸਰੇ ਜਾਂ ਤੀਸਰੇ ਬੱਚੇ ਲਈ 30% ਐਕਸਟਰਾ ਤੁਹਾਨੂੰ ਪੈਸੇ ਮਿਲਣੇ ਆ ਜੇਕਰ ਕਿਸੇ ਘਰ ਦੇ ਵਿੱਚ ਕੋਈ ਹੈਂਡੀਕੈਪਡ ਬੱਚਾ ਹੋਵੇ ਤਾਂ ਉਹਦੇ 50 ਐਰੋ ਐਕਸਟਰਾ ਮਿਲਣੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ 1 ਜੁਲਾਈ ਤੋਂ ਲੈ ਕੇ 31 ਦਸੰਬਰ ਤੱਕ ਤਕਰੀਬਨ 1056 ਯਰੋ ਤੱਕ پیسے ਮਿਲ ਸਕਦੇ ਜਾਂ ਫਿਰ 674 ਰੁਪਏ ਜਿਹੜੇ ਆ ਬੱਚਿਆਂ ਦੇ ਹਿਸਾਬ ਨਾਲ ਮਿਲ ਸਕਦੇ ਆ ਜੀ ਜਿੰਨੇ ਬੱਚੇ ਹੋਣਗੇ ਪਰ ਇਹਦੇ ਲਈ ਰਿਕੁਆਇਰਮੈਂਟ ਕੀ ੜੀ ਰਿਕੁਆਇਰਮੈਂਟ ਇਹ ਆ ਜੀ ਬੰਦਾ ਇਟਲੀ ਇਟਾਲ ਬੰਦੇ ਦੇ ਕੋਲ ਇਟਾਲੀਅਨ ਨੈਸ਼ਨੈਟੀ ਹੋਣੀ ਚਾਹੀਦੀ ਜਾਂ ਫਿਰ ਯੂਰਪ ਦੀ ਕਿਸੇ ਕੰਟਰੀ ਦੀ ਨੈਸ਼ਨੈਟੀ ਹੋਣੀ ਚਾਹੀਦੀ ਆ ਜੇ ਬੰਦਾ ਇਟਲੀ ਦਾ ਯੂਰਪ ਦੇ ਵਿੱਚ ਰਹਿਣ ਵਾਲਾ ਨਹੀਂ ਹੈਗਾ ਉਹਦੇ ਕੋਲ ਕਾਰਤਾ ਦੀ ਸਜੋਰਨ ਹੋਣੀ ਚਾਹੀਦੀ ਆ ਜੇਕਰ ਉਸ ਦੇ ਕੋਲ ਕਾਰਤਾ ਦੀ ਸਜੋਰਨ ਨਹੀਂ ਹੈਗੀ ਅਵਦੇ ਕੋਲ ਕੋਈ ਵੀ ਸਜੂਰਨ ਹੋਣੀ ਚਾਹੀਦੀ ਜਿਹੜੀ ਘੱਟ ਤੋਂ ਘੱਟ 6 ਮਹੀਨੇ ਵੈਲਿਡ ਹੋਵੇ ਕਹਿੰਦਾ ਮਤਲਬ ਐਕਸਪਾਇਰ ਨਹੀਂ ਹੋਣੀ ਚਾਹੀਦੀ ਉਸ ਵਾਰ ਇਟਲੀ ਦੇ ਵਿੱਚ ਉਹਨੂੰ ਰਹਿੰਦੇ ਨੂੰ ਘੱਟ ਤੋਂ ਘੱਟ 2 ਸਾਲ ਹੋ ਗਏ ਹੋਣੇ ਚਾਹੀਦੇ ਭਾਵੇਂ ਲਗਾਤਾਰ 2 ਸਾਲ ਨਹੀਂ ਰਹਾ ਇਹ ਕੋਈ ਚੱਕਰ ਨਹੀਂ ਲਾਸਟਲੇ 2 ਸਾਲਾਂ ਤੋਂ ਤੁਹਾਡੀ ਜਿਹੜੀ ਸਜੂਰਨ ਉਹ ਇਦਾਂ ਸੀ ਕਹਿ ਸਕਦੇ ਹਾਂ ਸਜੂਰਨ ਤੁਹਾਡੀ ਜਿਹੜੀ ਇਸ਼ੂ ਆ ਪਿਛਲੇ 2 ਸਾਲ ਪਹਿਲਾਂ ਹੋਈ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਜੇਕਰ ਤੁਹਾਡੀ ਸਜ਼ੂਰ ਨੂੰ ਵੀ ਲਾਸਟਲੇ 2 ਸਾਲਾਂ ਦੇ ਨਹੀਂ ਹੈਗੀ ਤੁਹਾਡੇ ਇਟਲੀ ਦੇ ਵਿੱਚ ਰੈਜ਼ਿਡੈਂਸ ਆ 2 ਸਾਲ ਦਾ ਨਹੀਂ ਹੈਗਾ ਤਾਂ ਫਿਰ ਜਿਹੜਾ ਤੁਹਾਡਾ ਕੰਟਰੈਕਟ ਉਹ ਜਿਹੜਾ ਕੰਮ ਦਾ ਕੰਟਰੈਕਟ ਉਹ ਟੈਂਪੋ ਇੰਦੇ ਟਰਮੀਨੇਟ ਜਾਂ ਫਿਰ ਤੈਂਦ ਤੋਂ ਦੇ ਟਰਮੀਨੇਟ ਹੋਲ ਮੈਨੂੰ ਸੈਮੈਸਟਰ ਆਲੇ ਤੁਹਾਡਾ ਜਿਹੜਾ ਕੰਮ ਦਾ ਕੰਟਰੈਕਟ ਆ ਜਾ ਤਾਂ ਅਨਲਿमिटेड ਹੋਣਾ ਚਾਹੀਦਾ ਜੇ ਦੀ ਕੋਈ મਨਿਆਦ ਨਹੀਂ ਕੋਈ ਵੀ ਐਕਸਪਾਇਰ ਡੇਟ ਨਹੀਂ ਜਾਂ ਫਿਰ ਘੱਟ ਤੋਂ ਘੱਟ ਜਿਹੜਾ ਕੰਮ ਦਾ ਕੰਟਰੈਕਟ ਤੁਹਾਡਾ 6 ਮਹੀਨੇ ਦਾ ਹੋਣਾ ਚਾਹੀਦਾ ਜੀ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਇਹ ਉਹ ਗੱਲਾਂ ਨੇ ਮੇਨ ਜਿਹੜੀਆਂ ਰਿਕੁਆਇਰਮੈਂਟ ਆ ਇਹ ਹੀ ਨੇ ਤੇ ਈਜ਼ੇ ਦੀ ਰਿਕੁਆਇਰਮੈਂਟ ਦੇਖੀ ਤਾਂ ਈਜ਼ੇ ਜਿੰਨੀ ਘੱਟ ਹੋਊਗੀ ਪੈਸੇ ਉੰਨੇ ਹੀ ਜ਼ਿਆਦਾ ਮਿਲਣੇ ਆ। ਵੱਧ ਤੋਂ ਵੱਧ ਜਿਹੜਾ ਈਜ਼ੇ ਉਹ ਹੈ ਜੀ 50000 ਤੇ ਜੇਕਰ 50000 ਈਜ਼ੇ ਤੋਂ ਤੁਹਾਡੇ ਥੱਲੇ ਆ ਤਾਂ ਫਿਰ ਤੁਹਾਨੂੰ ਪੈਸੇ ਜ਼ਿਆਦਾ ਮਿਲਣੇ ਆ ਜੀ। ਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਈਜ਼ੇ 20000 ਆ ਤੁਹਾਡੀ ਈਜ਼ੇ 15000 ਆ ਤੁਹਾਡੀ ਈਜ਼ੇ 10000 ਆ 7000 ਆ ਤਾਂ ਕਿੰਨੇ ਪੈਸੇ ਮਿਲਣੇ ਆ? ਤੇ ਉਹਦੇ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀ ਪਰ ਫਿਲਹਾਲ ਇਸ ਟਾਈਮ ਤੁਹਾਨੂੰ ਕੋਈ ਵੀ ਅਸੀਂ ਕਲੀਅਰ ਨਹੀਂ ਕਰਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ ਇੱਕ ਹੋਰ ਬਹੁਤ ਵੱਡਾ ਸਵਾਲ ਆ ਉਹ ਹੈ ਜੀ ਕਿ ਇੰਡੀਆ ਦੇ ਵਿੱਚ ਪੇਪਰ ਐਕਸਪਾਇਰ ਹੋ ਰਹੇ ਨੇ ਸਾਨੂੰ ਰੀ-ਐਂਟਰੀ ਵੀਜ਼ਾ ਲੈਣਾ ਪੈਣਾ ਚਾ ਨਹੀਂ ਲੈਣਾ ਪੈਣਾ ਰੀ-ਐਂਟਰੀ ਵੀਜ਼ਾ ਨਾਰਮਲੀ ਜਿਸ ਟਾਈਮ ਇਟਲੀ ਤੋਂ ਬਾਹਰ ਕਿਸੇ ਵੀ ਬੰਦੇ ਦੇ ਪੇਪਰ ਐਕਸਪਾਇਰ ਹੋ ਜਾਂਦੇ ਤਾਂ ਉਹਨਾਂ ਨੂੰ ਰੀ-ਐਂਟਰੀ ਵੀਜ਼ਾ ਲੈਣਾ ਪੈਂਦਾ ਪਰ 2020 ਦੇ ਵਿੱਚ ਜੁਲਾਈ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ 2020 ਚ ਇੱਕ ਕੇਸ ਹੋਇਆ ਸੀ ਇਟਲੀ ਦੀ ਸਰਕਾਰ ਦੇ ਖਿਲਾਫ ਉਹ ਕੇਸ ਦੀ ਫਾਈਲ ਸਾਡੇ ਹੱਥ ਲੱਗੀ ਹੈ ਜਿਸ ਨਾਲ ਜਿਸ ਨੂੰ ਅਸੀਂ ਤੁਹਾਨੂੰ ਸਾਂਝਾ ਕਰਾਂਗੇ ਜੀ ਜਿਹਦੇ ਵਿੱਚ ਬਹੁਤ ਹੀ ਜ਼ਰੂਰੀ ਗੱਲਾਂ ਦੱਸੀਆਂ ਕਿ ਕੀ ਰੀ-ਐਂਟਰੀ ਵੀਜ਼ਾ ਲੈਣ ਦੀ ਲੋੜ ਆ ਜਿਹੜੀ ਟਿਕਟ ਉਹ ਤੁਸੀਂ ਆਪ ਲਾਣੀ ਆ ਕਿ ਸਰਕਾਰ ਨੇ ਪੱਲੇ ਲਾਣੀ ਆ ਤੁਸੀਂ ਲਾਣੀ ਆ ਤਾਂ ਤੁਹਾਡੇ ਕੋਲ ਕਿਹੜੇ ਪ੍ਰੂਫ ਹੋਣੇ ਚਾਹੀਦੇ ਸਰਕਾਰ ਨੇ ਜਿਹੜੀ ਸਪੈਸ਼ਲ ਫਲਾਈਟ ਬਣਾਈ ਆ ਤਾਂ ਫਿਰ ਕਿਹੜਾ ਪ੍ਰੂਫ ਹੋਣਾ ਚਾਹੀਦਾ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜੀ ਇਸ ਪੂਰੇ ਲੈਟਰ ਨੂੰ ਤੁਹਾਨੂੰ ਸਮਝਾਉਣ ਦੀ ਤਾਂ ਜੋ ਆਪਣੇ ਜਿਹੜੇ ਇੰਡੀਆ ਦੇ ਵਿੱਚ ਵੀਰ ਫਸੇ ਆ ਉਹਨਾਂ ਜਿਹੜੇ ਹੈਲਪ ਹੋ ਸਕੇ ਇਹਦੇ ਨਾਲ ਜਿਹੜੀਆਂ ਅੱਜ ਦੀਆਂ ਸਾਡੀਆਂ ਖਬਰਾਂ ਨੇ ਜੀ ਇੱਥੇ ਹੀ ਖਤਮ ਹੁੰਦੀਆਂ ਨੇ ਪਰ ਇੱਕ ਖਬਰ ਹੋਰ ਰਹੀ ਹੈ ਜੀ ਕਿ ਬਰੇਸ਼ਿਆ ਦੇ ਵਿੱਚ 6 ਬਰੇਸ਼ਿਆ ਦੇ ਬੰਦਿਆਂ ਨੂੰ ਫੜਿਆ ਜੀ 6 ਬੰਦੇ ਬਰੇਸ਼ਿਆ ਦੇ ਹੀ ਜਿਨ੍ਹਾਂ ਨੂੰ ਫੜਿਆ ਪਰ ਟੋਟਲ 150 ਪੁਲਿਸ ਦੇ ਕਰਮਚਾਰੀ ਇੱਕ ਨਿੱਧਾ ਸੋਮਵਾਰ ਸਵੇਰੇ 150 ਪੁਲਿਸ ਦਾ ਬੰਦਾ 17 ਬੰਦਿਆਂ ਨੂੰ ਫੜਨ ਦੇ ਲਈ ਸਵੇਰੇ ਸਵੇਰੇ ਹੀ ਐਕਟਿਵ ਹੋ ਜਾਂਦਾ ਗੱਲ ਕੁਝ ਇਸ ਪ੍ਰਕਾਰ ਦੇ ਕੋਵਿਡ ਦੇ ਟਾਈਮ ਸਰਕਾਰ ਬਹੁਤ ਸਾਰੀਆਂ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਸੀ ਬੰਦਿਆਂ ਨੂੰ ਇਹਨਾਂ ਸਹੂਲਤਾਂ ਦਾ ਫਾਇਦਾ ਚੱਕਣ ਲਈ ਕੋਸ਼ਿਸ਼ ਬਰੇਸ਼ਿਆ ਦੇ ਬੰਦੇ ਸੀ ਜਿਨ੍ਹਾਂ ਨੇ ਸਰਕਾਰ ਨੂੰ ਫੱਤੂਰੇ ਬਣਾਏ ਕਹਿੰਦਾ ਮਤਲਬ ਬਿੱਲ ਕੱਟੇ ਫਾਰਜ਼ ਦੀ ਬਿੱਲ ਕੱਟੇ ਜੀ ਕਹਿਣ ਦਾ ਮਤਲਬ ਜੀ ਅ ਬਿਜਲੀ ਦਾ ਬਿਲ ਐਗਜ਼ਾਮਪਲ ਦੇ ਲਈ ਬਿਜਲੀ ਦਾ ਬਿੱਲ ਕਰਤਾ ਜੀ 1 ਲੱਖ ਰੁਪਏ ਰੋਟੀ ਖਾਣੇ ਦਾ ਰੋਟੀ ਪਾਣੀ ਦਾ ਖਰਚਾ 2 ਲੱਖ ਰੁਪਏ ਇਦਾਂ ਕਰਦੇ ਕਰਾਉਂਦੇ ਨੇ ਇਹਨਾਂ ਨੇ ਐਵੇਂ ਸੀ ਇਹਨਾਂ ਨੇ ਬਿੱਲ ਕਿਸੇ ਹੋਰ ਦੇ ਕੱਟੇ ਇੱਕ ਐਗਜ਼ਾਮਪਲ ਸੀ ਇੱਕ ਤਕਰੀਬਨ 20 ਲੱਖ ਤੋਂ ਵੱਧ ਜਿਹੜਾ ਸਰਕਾਰ ਦਾ ਸਰਕਾਰ ਦੇ ਨਾਲ ਘੁਟਾਲਾ ਕੀਤਾ ਸਰਕਾਰ ਨੇ ਇਹਨਾਂ ਨੂੰ ਲੰਬੇ ਹੱਥੀ ਫੜ ਲਿਆ ਤੇ ਇਹਨਾਂ ਨੇ 20 ਲੱਖ ਦਾ ਘੁਟਾਲਾ ਕੀਤਾ ਸਰਕਾਰ ਨੇ ਇਹਨਾਂ ਦੀ 25 ਲੱਖ ਦੀ ਜੋ ਪ੍ਰਾਪਰਟੀ ਆ ਉਸ ਪ੍ਰਾਪਰਟੀ ਨੂੰ ਜ਼ਬਤ ਕਰ ਲਿਆ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗਣਾ ਹੈ ਜੀ ਕਿ ਇਹ ਜਿਹੜੇ ਬੰਦੇ ਆ ਨੂੰ ਜੇਲ੍ਹ ਹੁੰਦੀ ਹੈ ਜਾਂ ਨਹੀਂ ਹੁੰਦੀ ਫਿਲਹਾਲ ਇਹਨਾਂ ਨੂੰ ਇਨਕੁਆਰੀ ਦੇ ਲਈ ਰੱਖ ਰੱਖ ਲਿਆ ਗਿਆ ਤੇ ਜਿਹੜੇ ਬੰਦੇ ਫੜੇ ਜੀ ਉਮਰ ਇਹਨਾਂ ਦੀ 48 ਸਾਲ ਤੋਂ ਲੈ ਕੇ 63 ਸਾਲ ਤੱਕ ਆ ਤੇ ਇਹ ਸਾਰਾ ਅੱਜ ਦੀਆਂ ਕੁਝ ਖਾਸ ਖਬਰਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜਰੂਰ ਕਰਾ ਦਿਓ ਚੰਗਾ ਜੀ ਸਾਥੀ ਗੱਲ ਸਾਰਿਆਂ ਨੂੰ ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਤੁਸੀਂ ਸੁਣ ਰਹੇ ਹੋ ਟਾਲਿਨ ਖਬਰਾਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ